ਸਰਕਾਰ ਦੇ ਜੀ 7 ਸਾਲ ਪੂਰੇ ਹੋਏ ਆ ਉਸ ਉਪਲਕਸ਼ ਦੇ ਵਿੱਚ ਅਸੀਂ ਜਿਹੜੇ ਲੋਕ ਭਲਾਈ ਦੇ ਕੰਮ ਜਿਹੜੇ ਆ ਉਹ ਅਸੀਂ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਤਹਿਤ ਇੱਕ ਅਸੀਂ ਪਹਿਲਾ ਪ੍ਰੋਗਰਾਮ ਜਿਹੜਾ ਹੈ ਉਹ ਰਾਸ਼ਨ ਵੰਡਣ ਦਾ ਉਸ ਤੋਂ ਬਾਅਦ ਕੱਲ੍ਹ ਅਸੀਂ ਬਲੱਡ ਕੈਂਪ ਲਗਾਉਣੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਬਾਗਿਆ ਪੁਰਾਣਾ ਨਹਿਲੇ ਵਾਲਾ ਮੋਗਾ ਉਸ ਤੋਂ ਬਾਅਦ ਮਾਸਕ ਵੰਡਣ ਦਾ ਕੰਮ ਆਹ ਪੂਰੇ ਜਿਹੜੇ ਬਸਤੀਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਉਹਦੇ ਵਿੱਚ ਅਸੀਂ ਤਕਰੀਬਨ ਜਿਹੜੇ ਸੈਨੇਟਾਈਜ਼ਰ ਵੰਡਦੇ ਪਏ ਹਾਂ ਉਹ ਬਸਤੀਆਂ ਦੇ ਵਿੱਚ ਜਾ ਕੇ ਸੈਨੇਟਾਈਜ਼ਰ ਵੰਡਨੇ ਹੈ ਇਸ ਤਰ੍ਹਾਂ ਦੇ ਅਸੀਂ ਕਈ ਕੰਮ ਜਿਹੜੇ ਵਿਢੇ ਹੈ ਉਹ ਅੱਜ ਅਤੇ ਕੱਲ੍ਹ ਦੇ ਵਿੱਚ ਸਾਰੇ ਕੰਮ ਕੀਤੇ ਜਾ ਰਹੇ ਇੱਕ ਪ੍ਰੋਸੈਸ ਹੁੰਦਾ ਸਰਕਾਰ ਨੇ ਨੈਚੁਰਲ ਗੱਲ ਹੈ ਵੀ ਪ੍ਰਾਈਵੇਟ ਬੰਦੇ ਨੂੰ ਰਾਸ਼ਨ ਤਾਂ ਨਹੀਂ ਦੇਣਾ ਗਾ ਪਰ ਇਹ ਵੀ ਬੜੀ ਮੰਦਭਾਗੀ ਗੱਲ ਹੈ ਵੀ ਜਿਹੜੀ ਪੰਜਾਬ ਸਰਕਾਰ ਦਾ ਰਾਸ਼ਨ ਵਿਤਰਨ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਗਲਤ ਹੈ ਅਤੇ ਫੇਲੀਅਰ ਆ ਉਹਦੇ ਵਿੱਚ ਪਿਛਲੀ ਵਾਰ ਵੀ ਜਦੋਂ ਕਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਆਇਆ ਸੀਗਾ ਉਦੋਂ ਉਹ ਰਾਸ਼ਨ ਛੇਤੀ ਨਹੀਂ ਵੰਡਿਆ ਗਿਆ ਸੀ ਵਾਰ ਵਾਰ ਇੱਥੋਂ ਤੱਕ ਕਿ ਉਦੋਂ ਦੇ ਮਾਨਨੀਏ ਜਿਹੜੇ ਸਾਡੇ ਮੰਤਰੀ ਸੀਗੇ ਪਾਸਵਾਨ ਜੀ ਉਹਨਾਂ ਟਵੀਟ ਵੀ ਕਰਨਾ ਪਿਆ ਸੀ ਇਸ ਬਾਬਤ ਉਸ ਬਾਬਤ ਅਸੀਂ ਇੱਕ ਦਿਨ ਦਾ ਜਿਹੜਾ ਉਹ ਭੁੱਖ ਹੜਤਾਲ ਵੀ ਰੱਖੀ ਸੀਗੀ ਮੌਨ ਵੀ ਰੱਖਿਆ ਸੀਗਾ ਅਤੇ ਇਸ ਕਰਕੇ ਬੜਾ ਇਸ ਸਰਕਾਰ ਦਾ ਫੇਲੀਅਰ ਆ ਪਰ ਫਿਰ ਵੀ ਅਸੀਂ ਇਸ ਗੱਲ 'ਤੇ ਪਹਿਰਾ ਦੇਵਾਂਗੇ ਵੀ ਜਿਹੜਾ ਰਾਸ਼ਨ ਆ ਉਹ ਸਹੀ ਹੱਥਾਂ ਜਾਵੇ।